ਅਸਲਾਮ ਵਾਲੇਕਮ ਨਾਜ਼ਰੀਨ, ਅੱਜ ਮੈਂ ਮੌਜੂਦ ਹੂੰ ਨਨਕਾਨਾ ਸਾਹਿਬ ਮੈਂ, ਜੋ ਪੰਜਾਬ ਕਾ ਇੱਕ ਖੂਬਸੂਰਤ ਸ਼ਹਿਰ ਹੈ, ਔਰ ਮੇਰੇ ਸਾਹਮਣੇ ਆਪ ਗੁਰਦੁਆਰਾ ਜਨਮ ਅਸਥਾਨ ਦੇਖ ਰਹੇ ਹੈ। ਇਹ ਉਹ ਜਗ੍ਹਾ ਹੈ ਜਹਾਂ ਬਾਬਾ ਗੁਰੂ ਨਾਨਕ, ਜੋ ਸਿੱਖੋਂ ਕੇ ਮਜ਼ਹਬੀ ਰਹਿਨੁਮਾ ਹੈ, ਪੈਦਾ ਹੋਏ ਥੇ, ਔਰ ਯਹਾਂ ਪਰ ਇੱਕ ਗੁਰਦੁਆਰਾ ਮੌਜੂਦ ਹੈ। ਇਹ 1912 ਚ ਬਣੀ ਡਿਊੜੀ ਹੈ ਜੀ, 1912 ਵਿੱਚ ਡਿਊੜੀ ਕਹਤੇ ਹੈ। ਯਹਾਂ ਪਰ ਇਨਕੇ ਰਿਹਾਇਸ਼ੀ ਕਮਰਾ ਜਾਤ ਹੈ, ਬਿਲਡਿੰਗ ਪਹਿਲੇ ਸਿੰਗਲ ਸਟੋਰੀ ਸੀ, ਫਿਰ ਅਬ ਡਬਲ ਰੋ ਟ੍ਰਿਪਲ ਸਟੋਰੀ ਤਾਮੀਰ ਹੋ ਗਈ ਹੈ। ਇਹ ਇਸਤੇਮਾਲ ਕੀਤੀ, ਇਸ ਤੋਂ ਪਹਿਲਾਂ ਚੂਨਾ ਇਸਤੇਮਾਲ ਹੁੰਦਾ ਸੀ, ਪੀਲਾ ਪੀਲੇ ਕਲਰ ਦੇ ਵਿੱਚ, ਸਾਰੀਆਂ ਬਿਲਡਿੰਗਾਂ ਪੀਲੇ ਕਲਰ ਦੀ ਸੀ। ਬਾਬਾ ਜੀ ਜਿੱਥੇ ਪੈਦਾ ਹੋਏ ਸੀ, ਉਹ ਜਗ੍ਹਾ ਉਹ ਆ ਜਿੱਥੇ ਬਾਬਾ ਜੀ ਨੇ ਜਨਮ ਲਿਆ ਸੀ। ਅਸੀਂ ਉੱਥੇ ਹੁਣ ਜਾਵਾਂਗੇ ਜਿੱਥੇ ਬਾਬਾ ਜੀ ਨੇ ਜਨਮ ਲਿਆ ਸੀ। ਗੁਰਦੁਆਰੇ ਕੇ ਅੰਦਰ ਜਾਣੇ ਸੇ ਪਹਿਲੇ ਪਾਣੀ ਮੈਂ ਗੁਜ਼ਰਨਾ ਹੈ, ਪੌਂ ਸਾਫ ਕਰਨੇ ਹੈ, ਔਰ ਉਸਕਾ ਸਾਥ ਅੰਦਰ ਜਾਣਾ ਹੈ। ਔਰ ਇਹ ਖਵਾਤੀਨੋ ਜ਼ਰਾਤ ਗੁਰਦੁਆਰਾ ਜਨਮ ਅਸਥਾਨ ਕਾ ਮੇਨ ਦਰਵਾਜ਼ਾ ਹੈ, ਜੋ ਚਾਂਦੀ ਸੇ ਬਣਾ ਹੁਆ ਹੈ, ਔਰ ਇਸ ਕੇ ਉੱਪਰ ਮੁਖਤਲਿਫ ਗੁਰੂਓਂ ਕੀ ਤਸਵੀਰ ਵੀ ਬਣੀ ਹੋਈ ਆਪਕੋ ਨਜ਼ਰ ਆਤੀ ਹੈ। ਨਨਕਾਨਾ ਸਾਹਿਬ ਬਾਬਾ ਗੁਰੂ ਨਾਨਕ ਕੇ ਗੁਰਦੁਆਰੇ ਭਾਈ ਸਾਹਿਬ ਪਹੁੰਚੇ, ਔਰ ਆਪਕੋ ਵੀ ਦਿਖਾਤੇ ਹੈਂ। ਬਾਬਾ ਜੀ ਦੇ ਫਰਮਾਨ ਆ ਜਿਹੜੇ, ਬਾਬਾ ਗੁਰੂ ਨਾਨਕ, ਹਾਂਜੀ, ਉਹਨਾਂ ਦੇ ਫਰਮਾਨ ਆ ਲੱਗੇ। ਫਰਮਾਨ ਗੁਰਮੁਖੀ ਹੈ, ਸਿੱਖ ਮਜ਼ਹਬ ਉਰਦੂ ਮੇਂ ਵੀ ਲਿਖਾ ਹੁਆ ਹੈ, ਔਰ ਇਹ ਇੰਗਲਿਸ਼ ਮੇਂ ਵੀ। ਗੁਰੂ ਗ੍ਰੰਥ ਮੈਂ ਸਭ ਤੋਂ ਲਿਖਦਾ ਹੂੰ, ਜਿਹੜਾ ਆਪ ਮਿਲੇ ਗਏ ਫਿਰ ਉਹਦਾ ਬਣ ਜੇ। ਔਰ ਇਹਨਾਂ ਦੇ ਫਰਮਾਨ ਇਹਨਾਂ ਦੇ ਲੱਗੇ, ਹਾਂ, ਸਿੱਖ ਮਜ਼ਹਬ ਦਾ ਫਰਮਾਨ ਆ ਜੀ। ਅੱਛਾ, ਆ ਜਿਹੜੇ ਅਹੰਕਾਰ, ਇੱਕ ਅਹੰਕਾਰ, ਸਰਵ ਵਿਆਪਕ, ਅੰਮ੍ਰਿਤ ਲੀਲਾ, ਨਾਮ ਜਪਣਾ, ਕਿਰਤ ਕਰਨਾ, ਵੰਡ ਛਕਣਾ, ਵੰਡ ਮਤਲਬ ਇਕੱਠੇ ਮਿਲ ਕੇ ਖਾਣਾ, ਵੰਡ ਛਕਣਾ, ਬਰਾਦਰੀ, ਛਕ ਲਓ ਕਹਿੰਦੇ ਨਾ ਜੀ, ਖਾ ਲਓ ਇਕੱਠੇ ਰਲ ਕੇ ਖਾਣਾ। ਔਰ ਇਹ ਚੀਜ਼ਾਂ ਇੰਗਲਿਸ਼ ਚ ਲਿਖੀਆਂ ਨੇ। ਮੁਕੱਦਸ ਜੋ ਨਨਕਾਨਾ ਸਾਹਿਬ ਹੈ ਗੁਰਦੁਆਰਾ ਕੇ ਐਨ ਦਰਮਿਆਨ ਮੈਂ, ਇਹ ਉਹ ਜਗ੍ਹਾ ਹੈ ਜਿੱਥੋਂ ਬਾਬੇ ਵੀ ਪਾਣੀ ਪੀਂਦੇ ਸੀ। ਬਾਬਾ ਗੁਰੂ ਨਾਨਕ ਦੇਵ ਜੀ ਦਾ ਕੂਹਾਂ ਹੈ, ਇਹ ਇਹਨਾਂ ਦਾ ਮੁਕੱਦਸ ਪਾਣੀ ਹੈ, ਜਿਹਦੇ ਵਿੱਚ ਹੁਣ ਵੀ ਇੱਥੋਂ ਪਾਣੀ, ਜਿਵੇਂ ਆਪੇ ਜ਼ਮਜ਼ਮ ਦਾ ਪਾਣੀ ਲਿਆਉਂਦੇ ਆ,
ਇਸ ਮੁਕੱਦਸ ਤੋਂ ਪਾਣੀ ਆਪਣੇ ਕੀਦੇ ਦੇ ਮੁਤਾਬਕ ਲੈ ਠੀਕ ਹੈ। ਅਜੇ ਵੀ ਖੂਹ ਉਵੇਂ ਹੀ ਚੱਲਦਾ, ਉਵੇਂ ਹੀ ਪਾਣੀ ਨਿਕਲਦਾ, ਉਹਦੇ ਵਿੱਚ ਮੋਟਰਾਂ ਲੱਗੀਆਂ ਹੁਣ ਜਿਹੜਾ ਜਦੀਦ ਤਰੀਕੇ ਨਾਲ ਉਹਨੂੰ ਕਰਦੇ ਆ, ਉਦੋਂ ਖਿੱਚ ਕੇ ਕੱਢਦੇ ਸੀ, ਹੁਣ ਮੋਟਰਾਂ ਨਾਲ ਕੱਢਦੇ ਆ। ਬਾਬਾ ਗੁਰੂ ਨਾਨਕ ਪੈਦਾ ਹੋਏ ਸੀ, ਅਸੀਂ ਉਸ ਜਗ੍ਹਾ ਤੇ ਆ ਗਏ ਹਾਂ। ਬਾਬਾ ਗੁਰੂ ਨਾਨਕ ਜੀ ਪੈਦਾ ਹੋਏ ਸੀ ਇੱਥੇ, ਗੁਰੂ ਗ੍ਰੰਥ ਸਿੰਘ ਸਾਹਿਬ ਨੂੰ ਪੜ੍ਹਿਆ ਜਾਂਦਾ ਜਿਹਦੇ ਵਿੱਚ ਅਜੇ ਵੀ ਬੈਠੇ ਹੋਏ ਆ। ਇਹ ਕਿਸ ਵਕਤ ਬਣਿਆ ਸੀ, ਇਹ ਰਣਜੀਤ ਸਿੰਘ ਦੇ ਦੌਰ ਦੇ ਬਣਿਆ ਜਾਂ ਉਸ ਤੋਂ ਪਹਿਲੇ ਬਣਿਆ ਸੀ? ਇਹ ਇਹ 1400 ਤੇ 50 ਸਾਲ ਤਕਰੀਬਨ ਹੋ ਗਏ ਇਹਨਾਂ ਨੂੰ ਬਣੇ ਨੂੰ, ਇਹ 500 ਤੇ 50 ਸਾਲ ਅੱਜ ਤੋਂ 5 ਸਾਲ ਪਹਿਲਾਂ, ਹੁਣ 500 ਤੇ 54 ਸਾਲ ਹੋ ਗਏ ਅੱਜ ਦੇ ਦਿਨ ਦੀ, ਅੱਜ ਦੀ ਡੇਟ ਦੇ 554 ਸਾਲ ਹੋ ਗਏ ਇਸ ਗੁਰਦੁਆਰੇ ਦੇ, ਸਿੱਖਾਂ ਦੇ ਮਜ਼ਹਬ ਨੂੰ ਬਣੇ ਹੋਏ ਨੇ, ਬਾਬੇ ਦੇ ਪੈਦਾ ਹੋਏ ਨੇ। ਕਿਤਾਬ ਗੁਰੂ ਗ੍ਰੰਥ ਸਾਹਿਬ ਜੋ ਹੈ ਨਾ, ਜਬ ਇਸਕਾ ਮੁਤਾਲਾ ਵਹਾਂ ਪੇ ਕਰਤੇ, ਉਸਕੇ ਬਾਅਦ ਜਬ ਪੜ੍ਹ ਕੇ ਵੋ ਕਿਤਾਬ ਫਾਰਗ ਹੋ ਜਾਤੀ ਹੈ, ਤੋ ਯਹਾਂ ਪੇ ਲਾ ਕੇ ਇੱਕ ਬੈੱਡ ਪੇ ਉਸੇ ਡਾਲ ਦੀ ਕਿਤਾਬ ਕੋ ਰੱਖ ਦਿਆ ਜਾਤਾ ਹੈ, ਕਿਉਂਕਿ ਇਨਕੇ ਕਿਦੇ ਕੇ ਮੁਤਾਬਿਕ ਯੇ ਕਿਤਾਬ ਇੱਕ ਜ਼ਿੰਦਾ ਕਿਤਾਬ ਹੈ, ਉਸਕੇ ਅਹਕਾਮਾਤ ਜੋ ਹੈ ਸਾਰੇ ਜੋ ਇਨਕੇ ਸਿੱਖ ਜੋ ਇਨਕੀ ਤਰਬੀਅਤ ਕੀ ਜਾਤੀ ਹੈ, ਬਤਾਇਆ ਜਾਤਾ ਹੈ ਕਿ ਜੋ ਅਹਕਾਮਾਤ ਹੈ ਗੁਰੂ ਸਾਹਿਬ ਕੇ ਵੋ ਇਨਕੋ ਸੁਣਾਏ ਜਾਤੇ ਹੈ, ਜਬ ਯੇ ਤਾਲੀਮਾਤ ਮੁਕੰਮਲ ਹੋ ਜਾਤੀ ਹੈ ਫਿਰ ਇਸ ਕਿਤਾਬ ਕੋ ਉਠਾ ਕੇ ਫਿਰ ਇਸ ਬੈੱਡ ਪੇ ਲਾ ਕੇ ਡਾਲ ਦਿਆ ਜਾਂਦਾ ਹੈ। ਆਪ ਚਾਹੇਂਗੇ ਹਰ ਗੁਰਦੁਆਰੇ ਕੇ ਅੰਦਰ ਇੱਕ ਐਸਾ ਕਮਰਾ ਜ਼ਰੂਰ ਹੋਤਾ ਹੈ ਜਹਾਂ ਪੇ ਗੁਰੂ ਗ੍ਰੰਥ ਸਾਹਿਬ ਕੋ ਰੱਖਾ ਜਾਏਗਾ, ਨਜ਼ਰ ਆ ਰਿਹਾ ਯੇ ਇੱਕ ਬੈੱਡ ਹੈ, ਇਸ ਬੈੱਡ ਪੇ ਰੱਖਾ ਕਿਤਾਬ ਕੋ ਰੱਖ ਦਿਆ ਜਾਂਦਾ ਪੜ੍ਹਨੇ ਕੇ ਬਾਅਦ, ਔਰ ਫਿਰ ਯਾ ਇਸਕੇ ਅੰਦਰ ਖਾਸ ਇੱਕ ਟੈਂਪਰੇਚਰ ਹੈ, ਯਾਨੀ ਗਰਮੀ ਸਰਦੀ ਗਰਮੀਓ ਕੇ ਅੰਦਰ ਯਹਾਂ ਪਰ ਏ ਸੀ ਚਲਾਇਆ ਜਾਤਾ ਹੈ ਔਰ ਸਰਦੀਓ ਮੇਂ ਹੀਟਰ ਚਲਾਇਆ ਜਾਤਾ ਹੈ। ਇਸੀ ਕੈਦੇ ਕੇ ਮੁਤਾਬਿਕ ਯੇ ਕਿਤਾਬ ਦਰਅਸਲ ਇੱਕ ਜ਼ਿੰਦਾ ਕਿਤਾਬ ਹੈ। ਗੁਰੂ ਸਾਹਿਬ ਯਹਾਂ ਰਹਤੇ ਹੈਂ ਔਰ ਯਾਨੀ ਵੋ ਉਨਕਾ ਉਨਕਾ ਕੈਦੇ ਕੇ ਮੁਤਾਬਿਕ ਯੇ ਕਿਤਾਬ ਦਰਅਸਲ ਗੁਰੂ ਸਾਹਿਬ ਹੈ, ਵੋ ਖੁਦ ਜ਼ਿੰਦਾ ਹੈ ਔਰ ਵੋ ਯਹਾਂ ਪੇ ਅੱਗੇ ਰੈਸਟ ਕਰਤੇ ਹੈ। ਆਗੇ ਆ ਜਾਏ ਜੰਡ ਕਾ ਦਰਖਤ, ਇਸਕੀ ਵੀ ਹਿਸਟਰੀ ਹੈ, ਇਸ ਦਰਖਤ ਕੇ ਨੀਚੇ ਯੇ ਕੁਛ ਤਖਤੀਆਂ ਪਲੇਟਾਂ ਲੱਗੀ ਹੋਈ ਹੈ, ਯਹਾਂ ਇੱਕ ਤਰਫ ਦੀਆ ਵੀ ਜਲਾਇਆ ਹੁਆ ਹੈ। 1921 ਦੇ ਵਿੱਚ ਸਰਦਾਰ ਲਕਸ਼ਮਣ ਸਿੰਘ ਨੇ ਜਿਹੜਾ ਇਹਨੂੰ ਕੀਤਾ ਸੀ, 20th February 1921
1921 ਦੇ ਵਿੱਚ 20 ਫਰਵਰੀ 1921 ਦੇ ਵਿੱਚ ਸਰਦਾਰ ਜਨਮ ਸਥਾਨ ਸਾਹਿਬ। ਅੱਛਾ, 200 ਸਿੱਖ ਇਸ ਗੁਰਦੁਆਰੇ ਚ ਸ਼ਹੀਦ ਕੀਤੇ ਗਏ ਨੇ, ਜਿਹੜੇ ਜਿਹੜੇ ਉੱਥੇ ਨਾਂ ਲਿਖੇ ਹੋਏ ਸੀ, ਜਿਹੜੇ ਜੀ ਉੱਥੇ ਪਹਿਲੇ ਨਾਂ ਲਿਖੇ ਗਏ, ਤੇ ਇਹ ਫੇ ਉਹਨਾਂ ਦੀ ਯਾਦਗਾਰ ਇਸ ਦਰਖਤ ਨੂੰ ਕਬਜ਼ਾ ਛੁਡਾਉਣ ਵਾਸਤੇ, ਇੱਕ ਯਾਦ ਛੁਡਾਉਣ ਵਾਸਤੇ ਉਹਨਾਂ ਜਲਾਤਾ ਸੀ, ਉਹਨਾਂ ਨੂੰ ਕੱਟ ਦਿੱਤਾ ਸੀ, ਉਹਨਾਂ ਦੇ ਧੌਣਾ ਲਾਤਾ ਸੀ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਇਹ ਗੁਰਦੁਆਰਾ ਬਾਬਾ ਗੁਰੂ ਨਾਨਕ ਸਾਹਿਬ ਨਨਕਾਣਾ ਸਾਹਿਬ ਮੇਂ ਮੌਜੂਦ ਹੈ, ਔਰ ਇਹ ਅਭੀ ਹਮਨੇ ਦੀ ਪਾਲਕੀ ਵੀ ਆਪਕੋ ਦਿਖਾਈ ਹੈ, ਕਿ ਸੋਨੇ ਦੀ ਪਾਲਕੀ ਹੈ, ਜੋ ਕਿ ਇੰਡੀਆ ਸੇ ਯਹਾਂ ਆਈ ਥੀ, ਔਰ ਜਿਸ ਗਾੜੀ ਵੀ ਆਈ ਥੀ ਵੋ ਗਾੜੀ ਵੀ ਅਭੀ ਉਸੀ ਗੁਰਦੁਆਰੇ ਕੇ ਅੰਦਰ ਮੌਜੂਦ ਹੈ। ਅਸੀਂ ਬਾਬਾ ਜੀ ਦੇ ਦਰਸ਼ਨ ਕਰ ਰਹੇ ਹਾਂ, ਲੰਗਰ ਖਾਣੇ ਦੇ ਵਿੱਚ ਚਾਰ ਦਰਵਾਜ਼ੇ ਦਿੱਤੇ ਗਏ ਆ, ਚਾਰ ਦਿਸ਼ਾ ਤੋਂ ਜਿਹੜੇ ਲੋਕ ਜਿਹੜੇ ਮਰਜ਼ੀ ਮੰਦਰ ਦੇ ਲੋਕ ਆਉਣ, ਇੱਥੇ ਆਣ ਕੇ ਲੰਗਰ ਖਾ ਸਕਦੇ ਆ, ਕਿਉਂਕਿ ਬਾਬਾ ਜੀ ਵਾਸਤੇ ਕੋਈ ਮਜ਼ਹਬ ਨਸਲ ਰੰਗ ਕੋਈ ਫਰਕ ਨਹੀਂ, ਇਹਦੇ ਸਾਰੇ ਲੋਕ ਆ ਕੇ ਇਸ ਲੰਗਰ ਖਾਣੇ ਦੇ ਵਿੱਚ ਆਪਣਾ ਨਜ਼ਰ ਛਕ ਸਕਦੇ ਨੇ। ਉਮੀਦ ਹੈ ਨਾਜ਼ਰੀਨ ਆਪਕੋ ਮੇਰੀ ਇਹ ਵੀਡੀਓ, ਜੋ ਕਿ ਗੁਰਦੁਆਰਾ ਜਨਮ ਅਸਥਾਨ ਕੇ ਬਾਰੇ ਮੇਂ ਹੈ ਔਰ ਬਾਬਾ ਗੁਰੂ ਨਾਨਕ ਕੇ ਬਾਰੇ ਮੇਂ ਹੈ, ਜ਼ਰੂਰ ਪਸੰਦ ਆਏਗੀ। ਬਰਾਏ ਮਿਹਰਬਾਨੀ ਲਾਈਕ ਔਰ ਸ਼ੇਅਰ ਕਰ ਦੇਂ ਔਰ ਮੇਰੇ ਚੈਨਲ ਕੋ ਵੀ ਸਬਸਕ੍ਰਾਈਬ ਕਰ ਦੇਂ।